ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਅਸੀਂ ਅੱਜ ਗੁਰੂ ਪੁਰਬ 'ਤੇ ਪਹੁੰਚੇ ਹਾਂ, ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ 'ਤੇ ਚੂਨਾ ਮੰਡੀ ਦੇ ਉੱਤੇ, ਔਰ ਅਸੀਂ ਅੱਜ ਪੂਰਾ ਦਿਨ ਕੱਲ੍ਹ ਸ਼ਾਮ ਤੋਂ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਇੱਥੇ, ਔਰ ਬਹੁਤ ਮਜ਼ਾ ਆ ਰਿਹਾ, ਬਹੁਤ ਆਨੰਦ ਆ ਰਿਹਾ। ਦੇਸ਼ ਵਿਦੇਸ਼ ਤੋਂ ਸੰਗਤਾਂ ਜੁੜੀਆਂ ਹੋਈਆਂ ਨੇ, ਪਾਕਿਸਤਾਨ ਦੇ ਵਿੱਚ, UK ਤੋਂ, ਇੰਡੀਆ ਤੋਂ, ਸਿੰਧ ਦੀਆਂ ਸੰਗਤਾਂ ਔਰ ਪਿਸ਼ਾਵਰ ਦੀਆਂ ਸੰਗਤਾਂ, ਨਨਕਾਣੇ ਦੀਆਂ ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਔਰ ਸਾਡੇ ਨਾਲ ਸਾਹਮਣੇ ਭਾਈ ਸਾਹਿਬ ਬੈਠੇ ਹੋਏ ਨੇ, ਇਹਨਾਂ ਦਾ ਨਾਮ ਹੈ ਭਾਈ ਮੋਹਸਨ, ਔਰ ਇਹ ਭਾਈ ਮਰਦਾਨਾ ਜੀ ਦੇ 18ਵੀਂ ਪੀੜ੍ਹੀ ਦੇ ਵਿੱਚੋਂ ਨੇ, ਅਤੇ ਅੱਜ ਥੋੜ੍ਹਾ ਜਿਹਾ ਸ਼ਰਧਾਂਜਲੀ ਜਿਹੜੀ ਹੈ ਉਹ ਦੋ ਬੋਲ ਜਿਹੜੇ ਨੇ ਉਹ ਸਿਮਰਨ ਕਰਨਗੇ। ਮੈਂ ਕਹਿੰਦਾ ਵਾਂ ਕਿ ਕਿਆ ਬਾਤ ਹੈ ਇਹਨਾਂ ਦੀ, ਕਰੋ ਜੀ ਨਜ਼ਦੀਕ ਰੱਖੋ ਆਪਣੇ। ਮੈਂ ਭਾਈ ਮਰਦਾਨਾ ਜੀ ਦੀ ਅੰਸ਼ 'ਚੋਂ 18ਵੀਂ ਪੀੜ੍ਹੀ ਸਾਡੀ, ਭਾਈ ਚਾਂਦ ਜੀ ਮੇਰੇ ਨਾਨਾ ਜੀ ਲੱਗਦੇ ਸਨ, ਪਿਆਰੀ ਸਾਧ ਸੰਗਤ ਜੀ, ਮੈਨੂੰ 8-9 ਸਾਲ ਹੋ ਗਏ ਨੇ ਤਬਲੇ ਦੀ ਸੇਵਾ ਕਰਦੇ ਡੇਰਾ ਸਾਹਿਬ ਦੇ ਵਿੱਚ। ਬਸ ਮੇਰਾ ਇਹੀ ਮੈਸੇਜ ਹੈ ਕਿ ਜਿੱਥੋਂ ਤੱਕ ਵੀ ਇਹ ਪੈਗਾਮ ਪਹੁੰਚ ਸਕੇ ਸਾਨੂੰ ਐਪਰੀਸ਼ੀਏਟ ਕਰਨਾ, ਅਤੇ ਮਹਾਰਾਜ ਧੰਨ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਨਾਮਦਾਨ ਬਖਸ਼ੇ। ਗੁਰੂ ਰਾਮਦਾਸ ਦੇ ਗੁਰਪੁਰਬ ਮਨਾਉਣ ਵਾਸਤੇ ਲੱਖਾਂ ਅਤੇ ਕਰੋੜਾਂ ਵਾਰ ਵਧਾਈ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਗੁਰੂ ਪਿਆਰੀ ਸੰਗਤ ਜੀ, ਅਗਰ ਤੁਸੀਂ ਇਹ 18ਵੀਂ ਪੀੜ੍ਹੀ ਜਿਹੜੀ ਹੈ ਭਾਈ ਮਰਦਾਨਾ ਜੀ, ਇਹਨਾਂ ਨੂੰ ਤੁਸੀਂ ਕੀਰਤਨ ਵਾਸਤੇ, ਸਿਮਰਨ ਵਾਸਤੇ ਕਿਤੇ ਬੁਲਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਰਾਬਤਾ ਕਰੋ, ਔਰ ਮੈਂ ਇਹਨਾਂ ਨਾਲ ਤੁਹਾਨੂੰ ਨੰਬਰ ਦਾਂਗਾ, ਔਰ ਤੁਸੀਂ ਇਹਨਾਂ ਨੂੰ ਜ਼ਰੂਰ ਹਾਜ਼ਰੀ ਭਰਨ ਵਾਸਤੇ, ਜਿਸ ਤਰ੍ਹਾਂ ਕਿ ਆਪਾਂ ਦੇਸ਼ ਵਿਦੇਸ਼ ਤੋਂ ਜਥਿਆਂ ਨੂੰ ਬੁਲਾਉਂਦੇ ਹਾਂ, ਅਤੇ ਇਸੇ ਤਰ੍ਹਾਂ ਮੈਂ ਚਾਹਾਂਗਾ ਕਿ ਇਹਨਾਂ ਨੂੰ ਵੀ ਜਿਹੜਾ ਮੌਕਾ ਦਿੱਤਾ ਜਾਵੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜਿਹੜਾ ਆਪਣੀ ਪਰਫੋਰਮੈਂਸ ਕਰਨ ਦਾ ਔਰ ਆਪਣੀ ਸੇਵਾ ਭਰਨ ਦਾ ਜਿਹੜਾ ਮੌਕਾ ਦਿੱਤਾ ਜਾਵੇ। ਅਤੇ ਜਗਤ ਸੰਗਤ ਨੂੰ ਇੱਕ ਵਾਰੀ ਫਿਰ ਲੱਖੋ ਲੱਖ ਗੁਰੂ ਰਾਮਦਾਸ ਜੀ ਦੀ ਜਨਮ ਪੁਰਬ ਦੀਆਂ ਵਧਾਈਆਂ, ਔਰ ਜਲਦ ਜਿਹੜੀਆਂ ਸੈਲੀਬ੍ਰੇਸ਼ਨ ਸ਼ੁਰੂ ਹੋ ਰਹੀਆਂ ਨੇ ਬਾਬਾ ਗੁਰੂ ਨਾਨਕ ਸਾਹਿਬ ਦੀਆਂ, ਉਹ ਵੀ ਜਿਹੜੀਆਂ ਨੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਏ। ਔਰ ਇਸ ਸਿਮਰਨ ਦੇ ਨਾਲ ਹੀ ਅਸੀਂ ਆਪਣੇ ਪ੍ਰੋਗਰਾਮ ਦਾ ਅਖੀਰ ਕਰਾਂਗੇ, ਅਤੇ ਵੀਰ ਜੀ ਸਿਮਰਨ ਕਰੋ।